ਸਤਿ ਸ਼੍ਰੀ ਅਕਾਲ ਜੀ, ਆਪਾਂ ਹੋ ਗਏ ਲਾਈਵ ਫੇਸਬੁੱਕ ਚੈਨਲ ਤੇ। ਸੋ ਕੀ ਹਾਲ ਚਾਲ ਸਾਰਿਆਂ ਦੇ? ਸੋ ਲਾਈਵ ਹੋ ਕੇ ਚੱਲ ਗਿਆ। ਹਾਂਜੀ ਹਾਂਜੀ, ਕੀ ਹਾਲ ਜੀ ਸਾਰਿਆਂ ਦੇ? ਸੋ ਲਵ ਯੂ ਗਾਇਜ਼, ਇੰਨਾ ਸਾਰਾ ਪਿਆਰ ਸਤਿਕਾਰ ਦੇਣ ਲਈ। ਮੈਂ ਵੀ ਇੱਥੇ ਕਨੇਡਾ ਸਵੇਰ ਦੇ ਹਜੇ ਹੋਏ ਪਏ ਆ। ਸੋ ਇੰਡੀਆ 5 ਵੱਜ ਗਏ ਹੁਣੇ ਸ਼ਾਮ ਦੇ। ਸੋ ਮੇਰਾ ਹੋਇਆ ਵਾ ਜਿੰਮ ਦਾ ਟਾਈਮ, ਮੈਂ ਚੱਲਿਆ ਜਿੰਮ ਨੂੰ। ਸੋ ਮੈਂ ਕਿਹਾ ਵੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲਾਈਵ ਹੋ ਕੇ ਤੁਹਾਡਾ ਧੰਨਵਾਦ ਕਰਦਾ, ਬਿਕੋਜ਼ ਇੰਨਾ ਪਿਆਰ ਸਤਿਕਾਰ ਮੇਰੇ ਗੀਤ ਨੂੰ ਦੇਣ ਲਈ। ਸੋ ਬਿਕੋਜ਼ ਬਹੁਤ ਪੁਰਾਣਾ ਗਾਣਾ ਸੀ, ਲੀਕ ਹੋ ਗਿਆ ਸੀ ਮੇਰੇ ਹਿਸਾਬ ਨਾਲ ਦੀਪ ਜੰਡੂ ਵੀਰ ਦੇ ਕੰਪਿਊਟਰ 'ਚ। ਉਹ ਟਾਈਮ ਕਹਿੰਦੇ ਵਾਹਵਾ 5-6 ਗੀਤ ਲੀਕ ਹੋ ਗਏ ਸੀ ਉਹਨਾਂ ਜੀ, ਆਪਣਾ ਜੇਲ੍ਹ ਹੋ ਗਿਆ ਸੀ। ਸੋ ਉਦੋਂ ਅਸੀਂ ਵੀਡੀਓ ਕਰਨਾ ਸੀ, ਸੋ ਉਹ ਕਰਦੇ ਕਰਦੇ ਥੋੜ੍ਹਾ ਲੇਟ ਹੋ ਗਿਆ। ਅਤੇ ਇੱਕ ਵਾਰੀ ਸੋਚਿਆ ਵੀ ਕੱਲੀ MP3 ਠੀਕ ਹੈ, ਪਰ ਤੁਹਾਡਾ ਪਿਆਰ ਦੇਖ ਕੇ ਸਾਰਾ ਕੁਛ ਵੇਖ ਕੇ ਅਸੀਂ ਗੀਤ ਨੂੰ ਵੀਡੀਓ ਦੇ ਵਿੱਚ ਲੈ ਕੇ ਆਏ ਤੁਹਾਡੇ ਸਾਰਿਆਂ ਸਾਹਮਣੇ। ਸੋ ਲਵ ਯੂ ਇੰਨਾ ਪਿਆਰ ਦੇਣ ਲਈ ਗੀਤ ਨੂੰ। ਸੋ ਮੇਰਾ ਵੀਰ ਦੀਪ ਜੰਡੂ, ਇੰਨਾ ਸੋਹਣਾ ਸੰਗੀਤ, ਅਤੇ ਉਦੋਂ ਬਾਅਦ ਅਸੀਂ ਬਾਅਦ 'ਚ ਫਤਿਹ ਨੂੰ ਵੀ ਐਡ ਕੀਤਾ, ਅਤੇ ਆਪਣੇ ਬਾਲੀਵੁੱਡ ਤੋਂ ਮੁਕੇਸ਼ ਰਿਸ਼ੀ ਜੀ, ਸਾਰਿਆਂ ਨੇ ਬਹੁਤ ਸੋਹਣਾ। ਅਤੇ ਸਪੈਸ਼ਲ ਥੈਂਕਸ ਜਿਹੜੇ ਮੇਰੇ ਭਰਾ ਨੇ ਲਿਖਿਆ, ਇੰਦਰ ਪੰਡੋਰੀ। ਸੋ ਇੰਦਰ ਪੰਡੋਰੀ ਦਾ ਗੀਤ ਲਿਖਿਆ, ਜਦੋਂ ਇੰਦਰ ਨੇ ਮੈਨੂੰ ਸੁਣਾਇਆ ਸੀ 4-5 ਗੀਤ ਸੁਣਾਏ, ਅਤੇ ਜਦੋਂ ਆਹ ਗੀਤ ਸੁਣਾਇਆ ਮੈਂ ਯਾਰ ਥੋੜ੍ਹਾ ਡਿਫਰੈਂਟ ਆ, ਮੈਂ ਇੰਦਰ ਸਿਆ ਆਹ ਗੀਤ ਆਪਾਂ ਕਰਨਾ। ਸੋ ਬਹੁਤ ਸੋਹਣਾ, ਸੈਲਿਊਟ ਟੂ ਇੰਦਰ ਪੰਡੋਰੀ। ਅਤੇ ਪਰ ਆਪਾਂ ਨੂੰ ਨਾ ਗੀਤ ਦੇ ਵਿੱਚ ਲਾਸਟ ਪਹਿਰਾ ਵੀ ਕੱਟਣਾ, ਆਪਾਂ ਕੱਟਿਆ ਜਿਹੜਾ ਜਦੋਂ ਲੋਕਾਂ ਨੇ ਇੰਦਰ ਪੰਡੋਰੀ ਸਰਚ ਇੰਦਰ ਪੰਡੋਰੀ ਕਰ ਕਿਵੇਂ ਸੀ ਪਹਿਰਾ, ਜਦੋਂ ਲੋਕਾਂ ਨੇ ਦੱਸਣਾ ਤੇ ਤੂੰ ਬੜਾ ਪਛਤਾਉਣਾ ਏ, ਸਰਚ ਇੰਦਰ ਪੰਡੋਰੀ ਕਰ, ਤੈਂ ਪੇਜ ਲਾਈਕ ਕੀਤਾ ਹੋਣਾ ਏ, ਤੇ CBI ਜਾਂਚ ਕਰੂਗੀ, ਜੇ ਹੋਊਗੀ ਤਪਨਾ ਵੀ ਮੌਤ ਜੱਟ ਦੀ, ਜੇਲ੍ਹਾਂ ਵਿੱਚੋਂ ਫੋਨ ਆਉਣਗੇ। ਸੋ ਸਪੈਸ਼ਲ ਥੈਂਕਸ ਕਰਦਾ ਇੰਦਰ ਦਾ, ਇੰਨਾ ਸੋਹਣਾ ਗੀਤ ਮੇਰੀ ਝੋਲੀ ਪਾਉਣ ਲਈ। ਸੋ ਸੁੱਖ ਸੰਘੇੜਾ, ਸੁੱਖ ਨੂੰ ਬਹੁਤ ਵੱਡਾ ਸਲਿਊਟ ਹੈ ਮੇਰਾ, ਬਿਕੋਜ਼ ਇਹ ਗਾਣਾ ਅਸੀਂ ਪਿਛਲੇ ਸਾਲ ਸ਼ੂਟ ਕਰਤਾ ਸੀ, ਅਤੇ ਅੱਧਾ ਗਾਣਾ ਹੁਣ ਦੁਬਾਰਾ ਆ ਕੇ ਕੀਤਾ। ਸੋ ਇੰਨੇ ਫਰਮੈਸ਼, ਇੰਨਾ ਕੁਛ ਵੀ ਬਈ ਗਾਣਾ ਵੀਡੀਓ ਕਰੋ, ਕਿਉਂਕਿ ਅਸੀਂ ਵੀਡੀਓ ਰਿਲੀਜ਼ ਕਰਨ ਲੱਗੇ ਬਦਨਾਮ ਦੀ, ਪਰ ਜਦੋਂ ਗੈਂਗਲੈਂਡ ਦੇ ਅੱਗੇ ਥੋੜ੍ਹਾ ਜਿਹਾ ਪਹਿਰਾ ਪਾਇਆ ਜਦੋਂ ਮੈਂ ਡਾਇਲੋਗ ਬੋਲਦਾ ਹੁੰਦਾ, ਸੋ ਉਹ ਚੀਜ਼ ਨੂੰ ਲਾਈਕ ਉਦੋਂ ਜਦੋਂ ਮੈਂ ਡਾਇਲੋਗ ਜਾਂ ਬੋਲਦਾ ਉਦੋਂ ਪਿੱਛੇ ਬੈਕਿੰਗ 'ਤੇ ਜੇਲ੍ਹਾਂ ਵਾਲਾ ਗੀਤ ਚੱਲਦਾ ਹੁੰਦਾ, ਸੋ ਸਾਰੇ ਕਹਿੰਦੇ ਨਹੀਂ ਬਈ ਪਹਿਲਾਂ ਜੇਲ੍ਹਾਂ ਵਾਲਾ। ਸੋ ਇੰਨਾ ਪਿਆਰ ਦੇਣ ਲਈ ਮੇਰੀ ਸਾਰੀ ਟੀਮ ਤੁਹਾਡਾ ਧੰਨਵਾਦੀ ਹੈ ਜੀ ਮੈਂ। ਗੋਲਡ ਮੀਡੀਆ, ਸਪੀਡ ਰੈਕਡ, ਆਪਣਾ ਦੀਪ ਜੰਡੂ, ਫਤਿਹ ਸਾਡੇ ਵਾਲਾ, ਇੰਦਰ ਪੰਡੋਰੀ, ਅਤੇ ਹੋਰ ਮੇਰੀ ਸਾਰੀ ਡਿਜੀਟਲ ਦੀ ਟੀਮ। ਸੋ ਥੈਂਕ ਯੂ ਇੰਨਾ ਪਿਆਰ ਸਤਿਕਾਰ ਦੇਣ ਲਈ। ਸੋ ਗਾਣੇ ਨੂੰ ਦੱਬ ਕੇ ਸ਼ੇਅਰ ਅਤੇ ਦੱਬ ਕੇ ਪ੍ਰਮੋਟ ਕਰ ਦਿਓ। ਜਿਹਨੇ ਆਪਣੀ ਵਾਲ 'ਤੇ ਨਹੀਂ ਸ਼ੇਅਰ ਕੀਤਾ ਉਹ ਇੱਕ ਵਾਰੀ ਦੁਬਾਰਾ ਸ਼ੇਅਰ ਕਰ ਦਿਓ। ਸੋ ਗਾਇਜ਼ ਇੱਕ ਮੈਸੇਜ ਕਹਿੰਦੇ ਸਪੈਸ਼ਲ ਥੈਂਕ ਧੁੱਗਿਆ, ਸੋ ਇੰਦਰਜੀਤ ਧੁੱਗਾ ਭਾਅ ਜੀ। ਸੋ ਸਾਰੇ ਇੱਥੋਂ ਕਨੇਡਾ ਤੋਂ ਭਾਅ ਜੀ ਹੁਣਾਂ ਦਾ ਸਲਿਊਟ, ਦਾਰਾ ਮਠੱਡਾ ਭਾਅ ਜੀ, ਬੱਬਲ ਔਜਲਾ, ਸੋ ਸਾਰੇ ਖੁਸ਼ਦੀਪ ਖੁਸ਼ੀ ਦੁੱਗਾ ਵਾਲਾ, ਅਤੇ ਅੰਤਰਰਾਸ਼ਟਰੀ ਸਟਾਰ ਕਬੱਡੀ ਪਲੇਅਰ, ਸੋ ਖੁਸ਼ਦੀਪ ਵੀ ਖੁਸ਼ੀ ਦਾ ਵਧੀਆ ਸੀਨ ਹੈ ਗੀਤ 'ਚ। ਸੋ ਅਗਲਾ ਗੀਤ ਕਰਾਂਗੇ ਜੀ ਉਹਦੇ ਵਿੱਚ ਸਾਰੇ। ਇੱਕ ਮੈਸੇਜ, ਬਾਈ ਜੀ ਤੁਸੀਂ ਇੰਦਰ ਪੰਡੋਰੀ ਦਾ ਨਾਮ ਨਹੀਂ ਲਿਆ? ਉਹ ਵੀਰੇ ਨਾਂ ਲਿਆ, ਉਹ ਪਹਿਰਾ, ਸੋਰੀ ਮੈਂ, ਕਿਉਂਕਿ ਇੰਦਰ ਮੇਰਾ ਭਰਾ ਆ, ਕਿਉਂਕਿ ਮੈਨੂੰ ਜਿੰਦ ਜਾਣ ਤੋਂ ਸਾਡਾ ਰਿਲੇਸ਼ਨ ਬਹੁਤ ਵਧੀਆ ਆ। ਸੋ ਇੰਦਰ ਦਾ ਨਾਂ ਲਿਆ ਗਾਣੇ 'ਚ, ਪਰ ਉਹ ਸਾਨੂੰ ਵੀਡੀਓ ਦੇ ਵਿੱਚ, ਉਹ ਗਾਣਾ ਲੰਮਾ ਬਾਹਲਾ ਬਣਦਾ ਪਿਆ ਸੀ, 4 ਮਿੰਟ ਅਤੇ ਕੋਈ 50 ਸਕਿੰਟ ਦਾ ਬਣਦਾ ਸੀ ਗਾਣਾ, ਲੰਮਾ ਹੁੰਦਾ ਸੀ ਕਿਉਂਕਿ ਡੱਬ ਸਟੱਫ ਵੀ ਸੀ ਪਿੱਛੇ, ਤਾਂ ਕਰਕੇ ਸਾਨੂੰ ਪਹਿਰਾ ਸਾਰਿਆਂ ਦੀ ਰਾਏ ਕਰਕੇ ਸੁੱਖ ਕਹਿੰਦਾ ਵੀ ਸੰਘੇੜਾ ਸਾਹਿਬ ਕਹਿੰਦੇ ਵੀ ਇੱਕ ਪਹਿਰਾ ਆਪਾਂ ਨੂੰ ਕੱਢਣਾ ਪੈਣਾ, ਵੀ ਆਪਾਂ ਲਾਸਟ ਪਹਿਰਾ ਕੱਢ ਦਈਏ, ਤਾਂ ਕਰਕੇ ਸਾਨੂੰ ਪਹਿਰਾ ਕੱਢਣਾ ਪਿਆ। ਸੋ ਕੋਈ ਗੱਲ ਨਹੀਂ, ਅਤੇ ਇੰਦਰ ਭਰਾ ਆ ਆਪਣਾ, ਕੋਈ ਦਿੱਕਤ ਨਹੀਂ। ਜੇ ਤੁਸੀਂ ਕਹਿੰਦੇ ਹਾਂ ਨਾ ਕੱਢਿਆ ਪਹਿਰਾ ਕੱਢਿਆ, ਅਤੇ ਆਪਾਂ ਕੋਈ ਨਹੀਂ, ਅਗਲਾ ਗੀਤ, ਅਗਲੇ ਇੱਕ ਸਾਡਾ ਗਾਣਾ ਸੀ ਉਹ ਵੀ ਲੀਕ ਹੋ ਗਿਆ ਸੀ, ਨੱਕਾ ਕੌਣ ਮੋੜਦਾ, ਅਤੇ ਉਹਦਾ ਵੀ ਅਸੀਂ ਇੰਡੀਆ ਜਾ ਕੇ ਵੀਡੀਓ ਕਰਨਾ, ਉਹ 'ਚ ਫਿਰ ਇੰਦਰ ਪੰਡੋਰੀ ਨੂੰ ਨਾਲ ਲੈ ਕੇ ਆਵਾਂਗੇ ਵਧੀਆ ਕਰੈਕਟਰ 'ਚ, ਅਤੇ ਤੁਹਾਨੂੰ ਦਿਖਾਵਾਂਗੇ, ਅਤੇ ਕਿਉਂਕਿ ਘੈਂਟ ਭਰਾ ਸਾਡਾ ਘੈਂਟ ਲਿਖਾਰੀ ਆ। ਸੋ ਮੈਂ ਗੱਲ ਕਰਦਾ ਸੀ ਆਪਣੇ
ਸੁੱਖ ਨੇ ਲਾਈਕ ਬਹੁਤ ਸੋਹਣਾ ਵੀਡੀਓ ਨੂੰ ਹਰ ਪਾਸਿਓਂ ਲੈ ਕੇ ਆਉਂਦਾ। ਸੋ ਇਹਦੇ ਵਿੱਚ ਅਸੀਂ ਟਰਾਈ ਕੀਤਾ ਵੀ ਇਹ ਇੱਕ ਐਂਟਰਟੇਨਮੈਂਟ ਰਹਿ ਜੇ, ਕੋਈ ਬਾਹਲਾ ਕੋਈ ਉਹ ਨਹੀਂ ਕੋਈ, ਬਿਕੋਜ਼ ਗਾਣਾ ਥੋੜ੍ਹਾ ਜਿਹਾ ਚੱਕਮਾ ਹੈ ਜੇਲ੍ਹਾਂ 'ਚ ਫੋਨ ਹੋਣਗੇ। ਸੋ ਆਪਣਾ ਕੰਮ ਹੈ ਥੋੜ੍ਹਾ ਐਂਟਰਟੇਨਮੈਂਟ ਦਾ, ਸੋ ਆਪਾਂ ਉੱਦਾਂ ਦਾ ਉਹਨੂੰ ਰੁੱਖ ਦਿੱਤਾ। ਸੋ ਮੇਰੇ ਭਰਾ ਕਬੱਡੀ ਪਲੇਅਰ ਹੋਰ ਅਗਲਾ ਗਾਣਾ ਕਰ ਰਿਹਾ ਜੀ, ਉਹਦੇ ਵਿੱਚ ਵੀ ਤੁਹਾਨੂੰ ਯਾਰਾਂ ਦੇ ਗੀਤ ਆ ਸਾਰੇ, ਜਿਹੜੇ ਵਰਲਡ ਕੱਪ 'ਚ ਮੁੰਡੇ ਖੇਡੇ ਸੀ ਸਾਰੇ ਸਾਰੇ ਭਰਾ ਕਬੱਡੀ ਵਾਲੇ, ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਸੋ ਇਦਾਂ ਹੀ ਸਪੋਰਟ ਕਰਦੇ ਰਹੋ, ਪਿਆਰ ਕਰੋ। ਸੋ ਸਪੈਸ਼ਲ ਥੈਂਕਸ ਐਂਡ ਦੇ ਵਿੱਚ ਮੈਂ ਕਹਿੰਦਾ ਗੋਲਡ ਮੀਡੀਆ, ਸੋ ਸਪੀਡ ਰੈਕਟ ਗੋਲਡ ਮੀਡੀਆ, ਸੋ ਜਿਹੜੇ ਸਾਡੇ ਗੀਤ ਤੁਹਾਡੇ ਤੱਕ ਪਹੁੰਚਾਉਂਦੇ ਆ। ਸੋ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਮੇਰੇ ਵੀਰ ਨੇ ਹਜੇ ਤੱਕ ਨਹੀਂ ਕੀਤਾ। ਸੋ ਲਵ ਯੂ ਗਾਇਜ਼, ਅਤੇ ਟੇਕ ਕੇਅਰ, ਰੱਬ ਰੱਖਾ, ਪਰਮਾਤਮਾ ਸਭ ਨੂੰ ਖੁਸ਼ ਰੱਖੇ।